हां जी दोस्तों मैं प्रदीप सिंह। ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ। ਅੱਜ ਗੱਲ ਕਰਾਂਗੇ ਆਪਾਂ ਤਾਜਲਪੁਰ ਤੇ ਕੋਲੀਆਂ ਕਬੱਡੀ ਕੱਪ ਦੀ ਸਾਰੀ ਇਨਫਰਮੇਸ਼ਨ ਦਵਾਂਗੇ ਵੀ ਕਿਹੜਾ ਪਲੇਅਰ ਕਿਹੜੀ ਟੀਮ ਵਿੱਚ ਖੇਡ ਰਿਹਾ। ਜੇ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਉਹ ਕਰਦੇ ਆਪਾਂ ਵੀਡੀਓ ਸਟਾਰਟ। ਹਾਂ ਜੀ ਦੋਸਤੋ ਇਹ ਕਲਿਆਣ ਸੁੱਖਾ ਦੀ ਟੀਮ ਦੇ ਵਿੱਚ ਨਿੱਕੂ ਕਲਿਆਣ ਸੁੱਖਾ, ਬਲਕਰਨ ਕਲਿਆਣ ਸੁੱਖਾ, ਸ਼ਰਨਾ ਡਗੁਰਮਾਣਾ, ਸੋਨਾਬੰਦ ਡੋੜ, ਕਰਨ ਦਿਆਲਪੁਰਾ ਤੇ ਇਕਬਾਲ ਗਹਿਲਾ ਮਰਗੇ ਪਲੇਅਰ ਹਨ ਜੋ ਕੋਲੀਆਂ ਕਬੱਡੀ ਕੱਪ ਤੇ ਖੇਡਣਗੇ। ਹਾਂਜੀ ਦੋਸਤੋ ਇਹ ਬਰਸਾਲਪੁਰ ਦੀ ਟੀਮ ਹੈ ਜਿਹਦੇ ਵਿੱਚ ਅਰਸ ਅਮਰਤ ਭੇਲੂ ਬਰਸਾਲਪੁਰ ਜੱਗੂ ਹਾਕਮ ਵਾਲਾ ਦੀਪਤ ਬੁਰਜੀ ਤੇ ਕਿੱਤੂ ਵਦਨਪੁਰ ਇਸ ਟੀਮ ਦੇ ਸਪான்ਸਰ ਗੌਰਵ ਚੀਮਾ ਰਣਜੀਤ ਤਾਜਲਪੁਰ ਹਰਮੇਸ਼ ਸਿੰਘ ਅਰੋੜਾ ਆਸਟ੍ਰੇਲੀਆ ਤਾਜਲਪੁਰ ਕਬੱਡੀ ਕੱਪ ਦੀ ਟੀਮ ਖੇਡੇਗੀ ਨਾਲ ਹੀ ਦੋਸਤੋ ਇਹ ਬੋਟਰ ਦੀ ਟੀਮ ਹੈ ਜਿਹਦੇ ਵਿੱਚ ਅੰਬਾਸੁਰ ਸਿੰਘ ਪੂਰੀ ਬੂਰੇ ਨੰਗਲ ਹੈਰੀ ਦਰਪਰਾ ਗੁਰਵਿੰਦਰ ਕਾਂਗਾ ਤੇ ਸੁੱਖਾ ਬੁੱਟਰ ਵਰਗੇ ਪਲੇਅਰ ਹਨ ਜੋ ਕੋਲੀਆਂ ਕਬੱਡੀ ਕੱਪ ਤੇ ਖੇਡਣਗੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਤੇ ਸੁਰਖਪੁਰ ਦੀ ਟੀਮ ਖੇਡੇਗੀ ਜਿਦੇ ਵਿੱਚ ਜਸ਼ਨ ਆਲਮਗੀਰ ਕਲਮਨਲ ਨਮਾ ਪਿੰਡ ਮਨ ਸਿੰਘ ਡੜਬਾ ਅਮਰਤੌਲਖ ਜੋਧਾ ਸੁਰਖਪੁਰ ਸਤਨਾਮ ਸੁਰਖਪੁਰ ਵਰਗੇ ਪਲੇਅਰ ਖੇਡਣਗੇ ਤੇ ਇਹ ਕੋਲੀਆਂ ਕਬੱਡੀ ਕੱਪ ਤੇ ਖੇਡੇਗੀ ਇਹ ਸੀ ਸਾਡੀ ਅੱਜ ਦੀ ਇਨਫੋਰਮੇਸ਼ਨ ਜੇ ਤੁਹਾਨੂੰ ਚੰਗੀ ਲੱਗੀ ਜਾਂ ਚੱਲਦੇ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ